ਬਿਸਮਿਲ੍ਲਾਹਿ ਰਹਿਮਾਨ ਰਹੀਮ ਅਸਲਾਮ ਅਲੈਕੁਮ ਜੀ ਨਾਜ਼ਰੀਨ ਤੁਸੀਂ ਦੇ ਪਵੇ ਝੋਕ ਟੀ ਵੀ ਵਸੇਬ ਦੀ ਆਵਾਜ਼ ਔਰ ਮੈਂ ਤੁਹਾਡਾ ਆਪਣਾ ਖਾਦਮ ਰਿਜ਼ਵਾਨ ਹੁਸੈਨ ਔਰ ਸਾਰੇ ਨਾਲ ਸਾਰੇ ਸਰਾਇਕੀ ਵਸੇਬ ਦੇ ਖੂਬਸੂਰਤ ਐਡਵੋਕੇਟ ਹਰ ਦਿਲ ਅਜ਼ੀਜ਼ ਸ਼ਖਸੀਅਤ ਗਰੀਬ ਪਰਵਰ ਸ਼ਖਸੀਅਤ ਜਨਾਬ ਲੱਕੀ ਅਲੀ ਸਾਹਿਬ ਸਾਡੇ ਨਾਲ ਮੌਜੂਦ ਹਨ। ਅਸਾਂ ਸਭ ਤੋਂ ਪਹਿਲਾਂ ਤਾਂ ਆਪ ਦੇ ਸ਼ੁਕਰ ਗੁਜ਼ਾਰ ਇਸ ਕਿ ਆਪਨੇ ਆਪਣੇ ਕੀਮਤੀ ਵਕਤ 'ਚੋਂ ਟਾਈਮ ਦਿੱਤਾ। ਨਾਜ਼ਰੀਨ ਅੱਜ ਅਸਾਂ ਇਹਨਾਂ ਦੇ ਕੋਲ ਜਾਣ ਸੂ ਕਿ ਸਾਡੇ ਮੁਆਸ਼ਰੇ ਦੇ ਵਿੱਚ ਅਕਸਰੀਅਤ ਦੇ ਵਿੱਚ ਲੋਕ ਜਿਹੜਾ ਨਾ ਹਰ ਬੰਦਾ ਇੱਕ ਦੂਜੇ ਉੱਤੇ ਬਲੇਮ ਲੈਂਦਾ ਹੈ, ਹਰ ਬੰਦਾ ਇੱਕ ਦੂਜੇ ਉੱਤੇ ਇਲਜ਼ਾਮ ਤਰਾਸ਼ੀ ਕਰਦਾ ਹੈ ਔਰ ਇਹਨਾਂ ਕੋਲੋਂ ਮੁਆਸ਼ਰੇ ਦੇ ਹਵਾਲੇ ਨਾਲ ਗੱਲ ਹੀ ਕਰੇ ਸੂੰ ਕਿ ਸਾਡੇ ਮੁਆਸ਼ਰੇ ਦੇ ਵਿੱਚ ਜਿਹੜੇ ਕੇਸ ਹਨ, ਜਿਹੜੇ ਲੋਕ ਹਨ, ਉਹ ਕਿਸ ਤਰੀਕੇ ਨਾਲ ਜ਼ਿੰਦਗੀ ਗੁਜ਼ਰਦੇ ਪੈਣ ਔਰ ਇਹਨਾਂ ਦੀ ਜ਼ਾਤੀ ਜ਼ਿੰਦਗੀ ਦੇ ਹਵਾਲੇ ਨਾਲ ਵੀ ਇਹਨਾਂ ਨਾਲ ਗੱਲ ਕਰੇ ਸੂੰ। ਅਸਲਾਮ ਅਲੈਕੁਮ। ਵਾਲੇਕੁਮ ਅਸਲਾਮ। ਅਲੀ ਭਾਈ ਕੀ ਹਾਲ ਚਾਲ ਹੈ? ਤਬੀਅਤ ਸਿਹਤ ਠੀਕ ਹੈ? ਅਲਹਮਦੁਲਿਲਾ, ਮਾਲਕ ਦਾ ਅਹਿਸਾਨ ਹੈ, ਤਬੀਅਤ ਠੀਕ ਹੈ। ਤੁਸੀਂ ਠੀਕ ਹੋ ਜਨਾਬ? ਜੀ ਅੱਲਾ ਦਾ ਅਹਿਸਾਨ, ਸ਼ੁਕਰ ਤਾਂ ਅਲਹਮਦੁਲਿਲਾ। ਸਭ ਕੋਲ ਪਹਿਲੇ ਤਾਂ ਜਨਾਬ ਦਾ ਬਹੁਤ ਸ਼ੁਕਰੀਆ, ਝੋਕ ਟੀ ਵੀ ਦਾ ਸ਼ੁਕਰੀਆ, ਮੌਲਾ ਤੁਹਾਨੂੰ ਰੰਗ ਲਾਵੇ ਸਰ, ਅਤੇ ਬਾਕੀ ਆਬਾਦ ਰਹੋ ਹਮੇਸ਼ਾ। ਅਲੀ ਭਾਈ, ਸਭ ਤੋਂ ਪਹਿਲੇ ਅਸਾਂ ਸਵਾਲ ਕਰੇ ਸੂ ਕਿ ਵਕਾਲਤ ਦੇ ਨਾਲ ਤੁਹਾਡਾ ਕਿਤਨੇ ਅਰਸੇ ਤੋਂ ਵਾਸਤਾ ਹੈ? ਸਰ ਤਕਰੀਬਨ ਮੈਂ ਕੋਈ 9-10 ਸਾਲ ਠੀਕ ਹਨ ਵਕਾਲਤ ਦੇ ਵਿੱਚ, ਅਲਹਮਦੁਲਿਲਾ 9-10 ਈਅਰਸ ਹੋ ਗਏ ਠੀਕ ਹੈ ਅਲਹਮਦੁਲਿਲਾ। ਇਹਨਾਂ 9-10 ਸਾਲਾਂ ਦੇ ਵਿੱਚ ਤੁਸੀਂ ਕਿਆ ਆਖਸੋ ਕਿ ਮੁਆਸ਼ਰੇ ਦੇ ਵਿੱਚ, ਅਦਾਲਤਾਂ ਦੇ ਵਿੱਚ ਅਕਸਰੀਅਤ 'ਚ ਮਤਲਬ ਕਿਸ ਕਿਸਮ ਦੇ ਕੇਸ ਆਉਂਦੇ ਨੇ? ਸਰ ਮੇਰੇ ਖਿਆਲ ਨਾਲ ਫੌਜਦਾਰੀ ਮੈਟਰ, ਕ੍ਰਿਮੀਨਲ ਮੈਟਰ ਤਾਂ ਆਉਂਦੇ ਹਨ, ਲੇਕਿਨ ਜ਼ਿਆਦਾ ਫੈਮਿਲੀ ਮੈਟਰਸ ਆਉਂਦੇ ਨੇ। ਫੈਮਿਲੀ ਮੈਟਰਸ ਦੀ ਤਾਦਾਦ ਸਾਡੇ ਇੱਥਾਂ ਮੁਆਸ਼ਰੇ 'ਚ ਜ਼ਿਆਦਾ ਹੈ, ਅਦਾਲਤਾਂ 'ਚ ਜ਼ਿਆਦਾ ਹੈ, ਉਹਨਾਂ ਦੀ ਪੈਂਡੈਂਸੀ ਜ਼ਿਆਦਾ ਹੈ ਔਰ ਡਿਸਪੋਜ਼ਲ ਕਮ ਹੈ ਉਹਨਾਂ ਦੀ, ਔਰ ਉਹਦੀ ਵਜ੍ਹਾ ਇਹ ਹੈ ਕਿ ਘਰੇਲੂ ਝਗੜੇ, ਲੜਾਈਆਂ ਵੱਲ ਜਿਹੜਾ ਮਾਡਰਨ ਦੌਰ ਆ ਗਏ, ਔਰਤ ਇਹ ਸਮਝਦੀ ਹੈ ਮੈਂ ਜੀ ਇਹ ਤਾਂ ਇਹ ਕਰਦੇ ਸਾਂ ਮਰਦ ਨਾਲ। ਹਕੀਕਤ ਕੋਰਟਸ ਔਨ ਮੈਰਿਟ ਫੈਸਲਾ ਕਰੇ ਨੇ, ਉਹ ਜਿਹੜਾ ਫੈਸਲਾ ਥੀਂਦੇ ਇੱਕ ਪਾਰਟੀ 'ਤੇ ਤਾਂ ਵੱਲ ਨੁਕਸਾਨ ਥੀ ਵੈਂਦੇ, ਔਰ ਮੇਰੇ ਹਿਸਾਬ ਨਾਲ ਅਗਰ ਇੱਟਾਂ ਉਹਨੇ ਅਗਰ 60% ਔਰਤਾਂ ਸੱਚਾ ਹਨ ਤਾਂ 45-40% ਝੂਠੇ ਹਨ, ਝੂਠੇ ਕੇਸਿਸ ਵੀ ਅਕਸਰ ਆ ਵੈਂਦੇ ਹਨ, ਵੱਲ ਬਾਅਦ ਰਿਜ਼ਲਟ ਉਹ ਨਿਲ ਹੁੰਦੇ। ਅਤੇ ਤੁਸੀਂ ਇਹ ਮੌਕੇ ਦੇ ਉੱਤੇ ਸਾਰੇ ਲੋਕਾਂ ਕੋ, ਸਾਰੇ ਮੁਆਸ਼ਰੇ ਦੇ ਲੋਕਾਂ ਕੋ ਕਿਆ ਪੈਗਾਮ ਦੇਸੋ ਕਿ ਸਾਨੂੰ ਕੁਝ ਚਾਹੀਦਾ ਕਿ ਜਿਹੜੇ ਫੈਮਿਲੀ ਮੈਟਰ ਹਨ, ਜਿਹੜੇ ਘਰੇਲੂ ਝਗੜੇ ਨੇ, ਘਰੇਲੂ ਲੜਾਈਆਂ ਹਨ, ਜਿਵੇਂ ਕਿ ਤੁਸੀਂ ਗੱਲ ਕਰਦੇ ਪਏ, ਮੈਂ ਤੁਹਾਡੀ ਗੱਲ ਦਾ ਵਧਾਰਾ ਕਰੇ ਸਾਂ ਕਿ ਅਗਰ ਮਰਦ 100% ਸੱਚਾ ਹੁੰਦਾ ਹੈ ਅਤੇ ਔਰਤ ਜਿਹੜੀ ਹੈ 50% ਝੂਠੀ ਹੁੰਦੀ ਹੈ, ਇਵੇਂ ਇਹ ਤਰੀਕੇ ਦੇ ਨਾਲ ਮਤਲਬ ਦੋਹਾਂ ਹੱਥਾਂ ਦੇ ਨਾਲ, ਦੋ ਹੱਥਾਂ ਨਾਲ ਤਾੜੀ ਵੱਜਦੀ ਹੈ ਉਹਦੇ 'ਚ, ਦੋ ਅਗਰ ਅਸਾਂ ਆਖੋ ਕਿ ਖਵਾਤੀਨ ਗਲਤ ਹਨ ਤਾਂ ਨਹੀਂ, ਅਗਰ ਉਹਦੇ 'ਚ ਅਸਾਂ ਅਗਰ ਆਖੋ ਕਿ ਮਰਦ ਹਜ਼ਰਾਤ ਗਲਤ ਹਨ, ਸਾਨੂੰ ਚਾਹੀਦਾ ਹੈ ਕਿ ਉਹ ਜਿਹੜੇ ਮਸਲੇ ਜਿਹੜੇ ਘਰਾਂ ਦੇ ਵਿੱਚ ਬਹਿ ਕੇ, ਜਿਵੇਂ ਕਿ ਪਹਿਲੇ ਪੰਚਾਇਤਾਂ ਹੁੰਦੀਆਂ ਹਨ, ਘਰ ਦੇ ਮਸਲੇ ਘਰ 'ਚ ਹੱਲ ਥੀਂਦੇ ਹਨ, ਕਚਹਿਰੀ ਦੇ ਵਿੱਚ ਜਿਸ ਟਾਈਮ ਔਰਤ ਆਉਂਦੀ ਹੈ ਉਹ ਤੁਹਾਡੀ ਧੀ ਹੋਵੇ, ਮੇਰੀ ਧੀ ਹੋਵੇ, ਸਾਡੀ ਫੈਮਿਲੀ ਦੀ ਹੋਵੇ, ਕੋਈ ਵੀ ਗੈਰਤਮੰਦ ਬੰਦਾ ਇਹ ਨਾ ਚਾਹ ਸੀ ਕਿ ਸਾਡੀ ਔਰਤ ਕਚਹਿਰੀ ਦੇ ਵਿੱਚ ਵੰਜ ਕੇ ਧੱਕੇ ਖਾਵੇ, ਕਿਉਂਕਿ ਕਚਹਿਰੀ ਦੇ ਵਿੱਚ ਆ ਕੇ ਮੁਆਸ਼ਰਾ ਹੈ, ਦੁਨੀਆ ਹੈ, ਤਰ੍ਹਾਂ ਤਰ੍ਹਾਂ ਦੇ ਲੋਕ ਗਾਲੀ ਕਰਦੇ ਨੇ, ਤਰ੍ਹਾਂ ਤਰ੍ਹਾਂ ਦੇ ਲੋਕ ਮਤਲਬ ਉਹਨਾਂ ਕੋਲ ਉਹਨਾਂ ਨਜ਼ਰਾਂ ਨਾਲ ਦੇ ਦੇਣ, ਅਤੇ ਇਹ ਮੌਕੇ 'ਤੇ ਤੁਸੀਂ ਸਾਰੇ ਨਾਜ਼ਰੀਨ ਕੋ ਕਿਆ ਪੈਗਾਮ ਦੇਸੋ? ਸਰ ਬਾਤ ਇਹ ਹੈ ਕਿ ਕਚਹਿਰੀ ਦੇ ਵਿੱਚ ਨਾ ਬਾਵਜਾ ਮਜਬੂਰੀ ਲੋਕ ਆਉਂਦੇ ਨੇ, ਜ਼ਿਆਦਾਤਰ ਪੜ੍ਹੇ ਲਿਖੇ ਲੋਕ ਜਿਹੜੇ ਹੁੰਦੇ ਨੇ ਜਾਂ ਸਮਝਦਾਰ ਲੋਕ, ਉਹ ਆਪਣੇ ਫੈਸਲੇ ਬਜ਼ਰੀਆ ਪੰਚਾਇਤ ਬਜ਼ੁਰਗਾਂ ਕੋਲ ਬਿਲਾ ਕੇ ਕਰ ਦਿੰਦੇ ਨੇ, ਔਰ ਬਿਹਤਰ ਇਹ ਹੋਏ ਕਿ ਪੰਚਾਇਤ 'ਚ ਬਹਿ ਕੇ ਬਜ਼ੁਰਗਾਂ ਨਾਲ ਬਹਿ ਕੇ ਆਪਸ ਦੇ ਵਡੇਰੇ ਜਿਹੜੇ ਗਾਲਿੰਗ ਕਰਨ, ਘਰ ਦੇ ਮਾਮਲਾਤ ਘਰ 'ਚ ਤੈਅ ਥੀ ਵੰਡਣ, ਇਹ ਬਹੁਤ ਸੋਹਣੀ ਬਾਤ ਹੈ। ਲੇਕਿਨ ਮਾਡਰਨ ਦੌਰ ਥੀ ਗਏ, ਲੋਕਾਂ ਦਾ ਜ਼ਿਹਨ ਅਪਗ੍ਰੇਡ ਥੀ ਗਏ, ਉਹ ਇਹ ਸਮਝਦੇ ਨੇ ਕਿ ਬਈ ਕੋਰਟਸ ਕਚਹਿਰੀ ਦੇ ਵਿੱਚ ਸਾਨੂੰ ਜ਼ਿਆਦਾ ਰਿਲੀਫ ਮਿਲ ਸੀ, ਜ਼ਿਆਦਾ ਫਾਇਦਾ ਮਿਲ ਸੀ, ਇਹਦੇ ਵਾਸਤੇ ਵੂਮੈਨਸ ਜ਼ਿਆਦਾਤਰ ਇੱਥਾਂ ਆ ਵਿਜਣ। ਹਕੀਕਤ ਹੈ ਇਹਨੇ ਮਾਮਲਾਤ ਕੋ ਅਗਰ ਬਾਹਰੋਂ ਬਾਹਰ ਸੋਲਵ ਕਰ ਦਿੱਤਾ ਵੰਨੇ ਜ਼ਿਆਦਾ ਬਿਹਤਰ ਹੈ, ਕਿਉਂਕਿ ਇੱਥਾਂ ਇੱਕ ਪੜ੍ਹੀ ਲਿਖੀ ਲੜਕੀ ਜਾਂ ਇੱਕ ਮਸਜਿਦ ਫੈਮਿਲੀ ਦੇ ਲੋਕ ਇੱਥਾਂ ਆ ਵਨਨ ਬਾਵਜਾ ਮਜਬੂਰੀ, ਤਾਂ ਉਹ ਅੱਛੀ ਬਾਤ ਨਹੀਂ। ਲੇਕਿਨ ਇਹ ਕਿ ਕੋਸ਼ਿਸ਼ ਕੀਤਾ ਵਨ ਕਿ ਇਨ ਮਾਮਲਾਤ ਕੋ ਬਾਰੀ ਬਾਰ ਵਿਦ ਫੈਮਿਲੀ ਵਜੇ ਕੋ ਬਿਲਾ ਕੇ, ਕਿਉਂਕਿ ਵਜੇ ਦੀ ਰਿਸਪੈਕਟ, ਵਜੇ ਦੀ ਇੱਜ਼ਤ ਜਿਹੜੀ ਹੁੰਦੀ ਹੈ, ਵਜੇ ਦੇ ਫੈਸਲੇ ਹਮੇਸ਼ਾ ਵੱਡੇ ਹੋਣ। ਲੱਕੀ ਬਾਈ, ਇਹ ਟਾਈਮ ਮੁਆਸ਼ਰੇ ਦੇ ਵਿੱਚ ਅਸਾਂ ਅਕਸਰ ਦੇਖਿਆ ਕਿ ਛੋਟੀ ਛੋਟੀ ਬੱਚੀਆਂ ਦੇ ਨਾਲ ਜ਼ਿਆਦਤੀ, ਛੋਟੇ ਛੋਟੇ ਬਾਲਾਂ ਦੇ ਨਾਲ ਜ਼ਿਆਦਤੀ ਆਇਆ, ਕਿਆ ਮਤਲਬ ਤੁਸੀਂ ਕਿਆ ਅਕਸੋ ਇਹਦੀ ਰੀਜ਼ਨ ਕਿਆ ਹੈ, ਇਹ ਕਿਉਂ ਐਸਾ ਸਾਡਾ ਮੁਆਸ਼ਰਾ ਗਲਤ ਪਾਸੇ ਕਿਉਂ ਵੈਂਦਾ ਪਿਆ? ਸਰ ਇੱਕ ਤਾਂ ਅੱਲਾ ਮਾਫ ਕਰੇ, ਬਹੁਤ ਵੱਡਾ ਜ਼ੁਲਮ ਹੈ, ਔਰ ਇੰਝੇ ਲੋਕਾਂ ਦੇ ਖਿਲਾਫ ਸਖਤ ਕੋਲ ਸਖਤ ਇਕਦਾਮਾਤ ਕਰਨੇ ਚਾਹੀਦੇ ਹਨ, ਸਖਤ ਕੋਲ ਸਖਤ ਸਜ਼ਾਏ, ਹਕੂਮਤ ਕੋਲ ਚਾਹੀਦਾ ਹੈ ਅਮੈਂਡਮੈਂਟ ਕਰਨੇ ਚਾਹੀਦੇ ਹਨ, ਸਟਰੋਂਗ ਪਨਿਸ਼ਮੈਂਟ ਦੇਣਾ ਚਾਹੀਦੇ ਹਨ। ਲੇਕਿਨ ਇਹ ਜਿਹੜਾ ਇਹ ਵਾਕਿਆਤ ਹੈ ਨਾ, ਖੁਦਾ ਅੱਲਾ ਮਾਫ ਕਰੇ, ਬਿਹਤਰ ਹੈ ਕਿ ਬਿਹਤਰੀ ਦੀ ਤਰ੍ਹਾਂ ਪੜ੍ਹਨਾ ਚਾਹੀਦਾ ਹੈ, ਔਰ ਮਾਹੌਲ ਤੁਹਾਡੇ ਸਾਹਮਣੇ ਹੈ, ਅੱਜ ਕੱਲ੍ਹ ਹਰ ਬਾਲ ਕੋਲ ਛੋਟੇ ਛੋਟੇ ਮੋਬਾਈਲਸ ਹਨ, ਵਜੇ ਕੋਲ ਮੋਬਾਈਲਸ ਹਨ, ਉਹ ਨੈੱਟ ਖੁੱਲ੍ਹੇ ਨੇ, ਸਾਰਾ ਕੁਝ ਨੈੱਟ ਦੇ ਉੱਤੇ ਮੌਜੂਦ ਹੁੰਦੇ, ਉੱਥੋਂ ਜ਼ਿਹਨ ਉਵੇਂ ਹੈ,
یعنی تو آخر کا مطلب ہے کہ معاشرے کی جی سب تو زیادہ خرابی ہے موبائل دی وجہ تو آئی ہے موبائل دی وجہ کر کے مطلب لوگوں کے چھوٹے چھوٹے بالوں کو اصا موبائل دے دینے والوں کے اندر توجہ نہیں کریں کہ وہ کیا دے دے پین کس طریقے موبائل کو یوز کریں پین اور اگلا سوال میں یہ کرے سا کہ ان ٹائم سارے معاشرے انتہائی غربت دی وجہ کر کے کرائم اور جرائم وہ بہت زیادہ ودا پہ یعنی ہر دوجھا آدمی بھوک دے مارے وہ کچھ بھی کرنے واسطے تیار ہے اور یہ پچھلے جن کا کرونا آیا ہے تو اسے یقین منو ایسے ایسے لوگ کہ جڑے مطلب میں کیا آخر انتہائی شریف لوگ ہیں لیکن وہ غربت دی لکیر دی وجہ کر کے ایسے ایسے کام کرنے تے مجبور تھی گئے انہوں نے خواتین ہوئے یا مرد حضرات ہوئے سر اللہ معاف کرے غریبی جری ہے نا وہ ہر جرم کروے دیے اور غریبی کو اللہ بچاوے باقی یہ کہ سر جڑے جرائم ہیں اللہ بس ہدایت رہے سر میں تا یہ آدھا ہی انہی بارے بھیجتا نہیں تو سا ہے کہ ایز اے ایڈوکیٹ ایز اے وسیب زیادہ انہاں لوگوں کو اساں کس طریقے دی اویئرنیس دوں کیا پیغام دوں کہ دیکھو کداہن بھی غلط کام کرن دے نال بھوک ختم نہیں تھیندی رزق جڑا تہاڈا اللہ تعالی نے نصیب وچ لکھا ہے وہ ہی ملنا ہے سکو چاہیے کہ اساں اپنا اچھا معاشرہ بنوں اچھے کام کروں تاکہ اون دے نال ساڈے آون والی نسلاں کو ایک اچھا پیغام ملے سر دیکھو نا پاس ہسٹری دیکھو مسلم کمیونٹی دا مثال ہے دنیا چ باہر دی فارن کنٹری یورپ وغیرہ مغرب دنیا سارے اج بھی سارے انہاں نے قرآن پاک تے حدیث تے عمل کر کے وہ ترقی کرندے پن سا کچھ چاہیے ہے اپنے معاشرے کو مزید اچھا بڑھاؤں انہیں برائیں کل بچاؤں جتنے بھی سٹیپس ہو سکیں گورنمنٹ کو چاہیے ہے سارے اپنے بھی ہر بندے کو پارٹیسپیٹ کرنا چاہیے ہے یہ معاملہ جتنا بھی اپنے معاشرے کو اچھا کیتا ون ہے اتنا بہتر ہے علی بھائی ایک چند سوال جناب نال ذرا سخت کرے سا کہ تسا کیا سمجھدے وے کہ کچہری دے وچ آون والا ہر شخص کو انصاف ملدا ہے سر میرے خیال نال 80% تے پوسیبل ہے اور 20% اگر میں آکھاں نہیں پوسیبل تا اوے ہوندے کہ بعض اوقات جھوٹے کیسز وی مدائی وغیرہ کر دینے نا کہیں کو فرد کرو سٹے کراونے او پتہ ہے کہ پراپرٹی ہوندی ہے او تنگ کن کتے سٹے یار دی گن گندن بعد راضی نامے تھی ونن 80% کیسز آن میرٹ ہونے 20% آن میرٹ نہیں ہوندے یہ وجہ کو لیے وجوہات تھیں جائیں لیکن عموماً کیسز میرٹ تے آنے عموماً انصاف ہوندے بچارے بعض ایسا ہوندا ہے کہ جینون لوگ ہوندے ہیں حق دار ہوندے ہیں اور اپنے حق دی خاطر عدالت تک آندے ہیں لیکن انہاں کولوں سرمایہ دی کمی ہوندی ہے انہاں کولوں دولت دی کمی ہوندی ہے انہاں دے کول پیسے دی کمی ہوندی ہے تے او لوگ وال انہاں لوگاں واسطے تساں کیا سمجھدے ہو کہ سرکاری وکیل وی بہت گھٹ انہاں لوگوں کو لفٹ کروین دین انہاں لوگاں واسطے کچہری دے وچ کیا مطلب سہولیات ہے سر ان ایک بعض اچھے وکلا ہیں بلکہ بہت سارے ہیں جڑے فری آف کاسٹ کم کریں دے پین اور بعض جڑے غریب لوگ ہیں انہیں دا احساس کر کے انہیں دے کیس بھی آن میرٹ اور محنت نہ لڑ دے پین پہلے تو انہیں وکلا کو بڑھنا چاہیے ہے نہ تک گورنمنٹ کو چاہیے ہے اور ڈسٹرکٹ ساری کچہری بار کو بھی چاہیے ہے انجھے گورنمنٹ دی ایک یونین بڑھاوے انجھے وکلا دی انجھے کوئی ایڈ بڑھاوے جی میں اندھے وکلا دا نام ہوئے اندھے چلے بنن اتھا وکلا انہیں دے فری آف کاسٹ کیس کرنے چاہیے دن لیکن اگر تسا ایک کرے سو تو میں بینگ مسلم میں گال کرنا تو اللہ بھاگ ہی لا رہے دے مولا رنگ ہی لیندے اور غریب لوگ دے کیس کر ہی دینے چاہیے دن اور بہت سے وکیل کرے دے ہی پہن لکی بھائی آخری دوترہ سوال جناب نال کرے سا کہ جناب بھی ایسے غریب لوگوں دے جنہ کو سرمایہ کہنی اور تو کو پتہ ہے کہ جینون او لوگ غریب